ਸਤਿ ਸ਼੍ਰੀ ਅਕਾਲ ਦੋਸਤੋ, ਸੱਜ ਕੇ ਤੁਸੀਂ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਅਤੇ ਮੈਂ ਹਾਂ ਸਾਜਨ ਗੁਗਲਾਨੀ। ਇੱਕ ਵਾਰ ਫਿਰ ਤੋਂ ਲਾਈਵ ਹੋਏ ਹਾਂ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 2024 ਦੀਆਂ ਚੋਣਾਂ ਆਉਣ ਵਾਲੀਆਂ ਨੇ ਅਤੇ ਮਾਹੌਲ ਗਰਮਾਇਆ ਹੋਇਆ। ਹਰੇਕ ਪਾਰਟੀਆਂ ਆਪਣੇ ਦਾਅ ਪੇਚ ਜਿਹੜੇ ਨੇ ਉਹ ਲਗਾ ਰਹੀਆਂ ਨੇ, ਤੰਜ ਕੱਸ ਰਹੀਆਂ ਨੇ, ਸਾਰਾ ਕੁਛ ਆਪਣੀਆਂ ਜਿਹੜਾ ਕਿ ਤਿਆਰੀਆਂ ਮੁਕੰਮਲ ਕਰ ਰਹੀਆਂ ਨੇ। ਕੁਛ ਦਿਨਾਂ ਬਾਅਦ ਹੀ ਕੋਡ ਆਫ ਕੰਡਕਟ ਯਾਨੀ ਕਿ ਚੋਣ ਜ਼ਾਬਤਾ ਲੱਗਣ ਜਾ ਰਿਹਾ। ਪਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਸਭ ਨਾਲ ਪਹਿਲਾਂ ਆਪਣੇ ਪੱਤੇ ਖੋਲ੍ਹੇ ਨੇ। ਪੰਜਾਬ ਦੇ ਵਿੱਚ ਕੁੱਲ 13 ਜਿਹੜੀਆਂ ਸੀਟਾਂ ਨੇ ਉਹ 13 ਸੀਟਾਂ ਦੇ MP ਦੀਆਂ ਚੋਣਾਂ ਹੋਣਗੀਆਂ। ਉਸ ਨੂੰ ਲੈ ਕੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਆਪਣੇ ਸੋਸ਼ਲ ਮੀਡੀਆ 'ਤੇ 8 ਜਿਹੜੇ ਮੰਤਰੀ ਨੇ ਉਹਨਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਕਿ ਜਿਹੜੇ 8 ਵਿਅਕਤੀ ਨੇ ਉਹ 2024 ਦੇ ਵਿੱਚ ਆਪਣਾ ਜਿਹੜਾ ਕੀ ਹੈ ਚੋਣਾਂ ਲੜਨਗੇ ਅਤੇ ਜਿਹੜੀ ਆਪਣੀ ਕਿਸਮਤ ਅਜਮਾਉਣਗੇ। ਦੱਸ ਦੇਣਾ ਚਾਹੁੰਦਾ ਕਿ ਭਗਵੰਤ ਮਾਨ ਦੇ ਵੱਲੋਂ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ 8 ਵਿਅਕਤੀਆਂ ਦਾ ਨਾਮ ਜਿਹੜਾ ਕਿ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਹੋਏ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ਕਿ 2024 ਦਾ ਜਿਹੜਾ ਕਿਲ੍ਹਾ ਹੈ ਉਹ ਫਤਿਹ ਕਰਨਾ ਹੈ। ਅਤੇ ਸਭ ਨਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਕਿ ਇਹ ਪੱਤੇ ਖੋਲ੍ਹੇ ਗਏ ਨੇ। ਅਤੇ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ, ਕਿਉਂਕਿ ਸਾਰਿਆਂ ਤੱਕ ਇਹ ਖਬਰ ਪਹੁੰਚਣੀ ਜਿਹੜੀ ਜ਼ਰੂਰੀ ਹੈ। ਦੱਸ ਦੇਣਾ ਚਾਹੁੰਦਾ ਕਿ ਭਗਵੰਤ ਮਾਨ ਦੇ ਵੱਲੋਂ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਉਸਦੇ ਵਿੱਚ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ। ਦੱਸ ਦੇਣਾ ਚਾਹੁੰਦਾ ਕਿ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਨੇ ਪੰਜਾਬ ਦੀ ਕੈਬਨਿਟ ਦੇ, ਉਹਨਾਂ ਨੂੰ ਜਿਹੜਾ ਕਿ ਅੰਮ੍ਰਿਤਸਰ ਤੋਂ MP ਦੇ ਚੋਣ ਲੜਨ ਦੇ ਲਈ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ। ਅਤੇ ਉਸਦੇ ਨਾਲ ਹੀ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਇਹ ਵੀ ਕੈਬਨਿਟ ਮੰਤਰੀ ਨੇ ਭਗਵੰਤ ਮਾਨ ਦੇ ਵੱਲੋਂ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ, ਕਿਉਂਕਿ 2024 ਦੇ ਚੋਣਾਂ ਦੇ ਵਿੱਚ ਫਤਿਹ ਜਿਹੜੀ ਉਹ ਹਾਸਿਲ ਕਰਨ। ਇਸ ਦੇ ਨਾਲ ਹੀ ਤੀਜਾ ਜਿਹੜਾ ਕਿ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਤੁਸੀਂ ਨਾਮ ਤੋਂ ਬੜੇ ਚੰਗੀ ਤਰ੍ਹਾਂ ਜਾਣੂ ਹੋ ਫਾਜ਼ਿਲਕਾ ਵਾਸੀ, ਕਿਉਂਕਿ ਗੁਰਮੀਤ ਸਿੰਘ ਖੁੱਡੀਆਂ ਫਾਜ਼ਿਲਕਾ ਦੇ ਵਿੱਚ ਅਕਸਰ ਕਈ ਵਾਰ ਆ ਚੁੱਕੇ ਨੇ। ਉਹਨਾਂ ਨੂੰ ਵੀ ਜਿਹੜਾ ਕਿ ਬਠਿੰਡਾ ਤੋਂ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਉਤਾਰਿਆ ਗਿਆ। ਇਸ ਦੇ ਨਾਲ ਹੀ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੀਅਰ, ਇਹ ਵੀ ਕੈਬਨਿਟ ਮੰਤਰੀ ਨੇ ਅਤੇ ਜ਼ਿਆਦਾਤਰ ਜਿਹੜਾ ਕਿ ਕੈਬਨਿਟ ਮੰਤਰੀਆਂ ਦੀ ਸੂਚੀ ਅੱਜ ਜਾਰੀ ਹੋਈ ਹੈ। ਸੰਗਰੂਰ ਤੋਂ ਗੁਰਮੀਤ ਸਿੰਘ ਮੀਥੀਅਰ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਇਸ ਦੇ ਨਾਲ ਹੀ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਜੋ ਵੀ ਇਹ ਵੀ ਕੈਬਨਿਟ ਮੰਤਰੀ ਨੇ, ਸਿਹਤ ਮੰਤਰੀ ਨੇ, ਅਤੇ ਪਹਿਲੀ ਜਿਹੜੀ 5 ਨੋਮੀਨੇਸ਼ਨ ਜਿਹੜੇ ਲੋਕ ਨੇ ਉਹਨਾਂ ਦਾ ਤੁਹਾਨੂੰ ਨਾਮ ਦੱਸਿਆ, ਪੂਰੇ ਕੈਬਨਿਟ ਮੰਤਰੀ ਨੇ ਔਰ ਪੂਰੇ ਗਰਾਊਂਡ ਦੇ ਵਿੱਚ ਇਹਨਾਂ ਦੀ ਇਸ ਵਕਤ ਪੂਰੀ ਪਕੜ ਹੈ, ਕਿਉਂਕਿ ਲੋਕਾਂ ਦੇ ਵਿੱਚ ਵਿਚਰ ਵੀ ਨੇ ਰਹੇ ਨੇ ਅਤੇ ਲੋਕਾਂ ਨੂੰ ਸੁੱਖ ਸੁਵਿਧਾਵਾਂ ਵੀ ਜਿਹੜੀਆਂ ਮੁਹੱਈਆ ਕਰਵਾ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਅਤੇ ਇਸ ਦੇ ਨਾਲ ਹੀ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਜੋ ਕਿ ਕੁਝ ਸਮਾਂ ਪਹਿਲਾਂ ਹੀ ਜਿਹੜਾ ਕਿ ਬਾਏ ਦੀਆਂ ਚੋਣਾਂ ਜਿੱਤ ਦੇ ਵਿੱਚ ਜਿੱਤ ਹਾਸਿਲ ਕੀਤੀ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਕਿ ਇਹ ਸੀਟ ਜਿਹੜੀ ਉਹਨਾਂ ਨੇ ਝੋਲੀ 'ਚ ਪਾਈ ਹੈ। ਤਾਂ ਇਸ ਦੇ ਨਾਲ ਹੀ ਫਤਿਹਗੜ੍ਹ ਤੋਂ ਗੁਰਪ੍ਰੀਤ ਸਿੰਘ GP ਨੂੰ ਜਿਹੜਾ ਕਿ ਮੈਦਾਨ ਦੇ ਵਿੱਚ ਉਤਾਰਿਆ ਗਿਆ, ਨਾਲ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਜਿਹੜਾ ਕੀ ਹੈ ਉਤਾਰਿਆ ਗਿਆ। ਕੁੱਲ 13 ਸੀਟਾਂ 'ਤੇ ਜਿਹੜਾ ਕਿ ਚੁਣਾਵ ਹੋਣਗੇ ਅਤੇ ਉਸ ਤੋਂ ਜਿਹੜਾ ਕਿ 8 ਵਿਅਕਤੀਆਂ ਦੀ ਸੂਚੀ ਜਿਹੜੀ ਅੱਜ ਭਗਵੰਤ ਮਾਨ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ
ਜਾਰੀ ਕਰਕੇ ਇਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਜ਼ਿਆਦਾਤਰ ਭਗਵੰਤ ਮਾਨ ਦੇ ਵੱਲੋਂ ਆਪਣੇ ਕੈਬਨਿਟ ਮੰਤਰੀ ਜਿਹੜੇ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ, ਕਿਉਂਕਿ ਪੰਜਾਬ ਦੇ ਵਿੱਚ ਕਈ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਨੇ, ਅਤੇ ਕੈਬਨਿਟ ਮੰਤਰੀਆਂ 'ਤੇ ਵਿਸ਼ਵਾਸ ਜਿਤਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ। ਅਤੇ ਜਿਵੇਂ ਹੀ ਅਗਲੀ ਅਪਡੇਟ ਸਾਡੇ ਤੱਕ ਪਹੁੰਚੇਗੀ ਅਸੀਂ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦਾ ਕੰਮ ਜ਼ਰੂਰ ਕਰਾਂਗੇ। ਅਤੇ ਕਮੈਂਟ ਕਰਕੇ ਦੱਸਿਓ ਕਿ ਕੀ ਲੱਗਦਾ ਜਿਹੜੇ 13 ਦੇ ਵਿੱਚੋਂ 8 ਕੈਂਡੀਡੇਟ ਜਿਹੜੇ ਭਗਵੰਤ ਮਾਨ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰੇ ਨੇ, ਅਤੇ ਕਿੰਨੀ ਕੁ ਜਿਹੜਾ ਕਿ ਇਹਨਾਂ ਦੀ ਪਕੜ ਰਹੇਗੀ, ਅਤੇ ਕਿਸ ਤਰ੍ਹਾਂ ਜਿਹੜਾ ਕਿ 2024 ਦੇ ਇਲੈਕਸ਼ਨ ਨੇ ਉਹਨਾਂ 'ਤੇ ਫਤਿਹ ਹਾਸਿਲ ਕਰਨਗੇ। ਮਿਲਦੇ ਹਾਂ ਜੀ ਅਗਲੇ ਅਪਡੇਟ ਦੇ ਨਾਲ, ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ।